ਪਿਛਲੇ ਸਾਲ ਅੰਮ੍ਰਿਤਸਰ ਵਿੱਚ ਦੁਸਹਿਰੇ ਹਾਦਸੇ ਤੋਂ ਬਾਅਦ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਦੁਸਹਿਰਾ ਕਮੇਟੀ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਖਾਸ ਕਰਕੇ ਫਾਇਰ ਸੇਫਟੀ ਦਾ ਧਿਆਨ ਰੱਖਣ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਪਰ ਲੁਧਿਆਣਾ ਅੱਗ ਬੁਝਾਊ ਅਮਲੇ ਕੋਲ ਮਹਿਜ 17 ਗੱਡੀਆਂ ਹਨ, ਪਰ ਦੁਸਹਿਰਾ 40 ਦੇ ਕਰੀਬ ਤੋਂ ਵੱਧ ਥਾਵਾਂ ਉੱਤੇ ਮਨਾਇਆ ਜਾ ਰਿਹਾ ਹੈ। ਕਮੇਟੀਆਂ ਪੈਸੇ ਦੇਣ ਨੂੰ ਤਿਆਰ ਵੀ ਹਨ, ਪਰ ਦਸਤੇ ਕੋਲ ਗੱਡੀਆਂ ਪੂਰੀਆਂ ਹੀ ਨਹੀਂ ਹਨ। ਮੈਂ ਸ਼ੇਰਪੁਰ ਫੋਕਲ ਪੁਆਇੰਟ ਸੇ ਆਇਆ ਹੂੰ ਦਸਹਿਰਾ ਕੇ ਲੀਏ। ਜੋ ਯਹਾਂ ਫਾਇਰ ਬ੍ਰਿਗੇਡ ਕੇ ਆਫਿਸ ਮੇਂ ਆਇਆ, ਉਨ੍ਹੋਂਨੇ ਕਿਹਾ ਕਿ ਭਾਈ ਹਮਾਰੇ ਪਾਸ ਵਿਵਸਥਾ ਨਹੀਂ ਹੈ, ਜੋ ਆਪ ਲੋਕ ਵਿਵਸਥਾ ਖੁਦ ਕਰੇ। ਹਮਨੇ ਕਿਹਾ ਜੋ ਆਪਕੀ ਫੀਸ ਹੈ ਹਮ ਲੋਕ ਭਰੇਂਗੇ, ਲੇਕਿਨ ਇਹ ਬੋਲੇ ਕਿ ਹਮਾਰੇ ਪਾਸ 35-40 ਜਗ੍ਹਾ ਦਸਹਿਰਾ ਹੋਤੀ ਹੈ, ਇਸਕੀ ਵਿਵਸਥਾ ਨਹੀਂ ਹੈ, ਆਪ ਖੁਦ ਕਰੋ, ਜਦੀ ਕੋਈ ਬੜੀ ਘਟਨਾ ਹੋਤੀ ਹੈ ਫਿਰ ਹਮ ਗਾੜੀ ਭੇਜੇਂਗੇ, ਜੋ ਗਲਤ ਹੈ। ਸਾਨੂੰ 37 ਕੁ ਲੈਟਰ ਆਈਆਂ ਜਿਨ੍ਹਾਂ ਨੇ NOC ਦੀ ਮੰਗ ਕੀਤੀ ਸੀ। ਕੁਛ ਜਗ੍ਹਾ ਇਕੱਲੀ ਰਾਮਲੀਲਾ, ਕੁਛ ਜਗ੍ਹਾ ਦੁਸਹਿਰਾ ਵੀ ਹੈ ਨਾਲ, ਕੁਛ ਜਗ੍ਹਾ ਸਿਰਫ ਦੁਰਗਾ ਪੂਜਾ। ਇਹਨਾਂ ਬਾਰੇ ਸਾਨੂੰ ਆਈਆਂ ਸੀ ਲੈਟਰਾਂ। ਅਸੀਂ ਉਹਨਾਂ ਨੂੰ ਇਹ ਕਿਹਾ ਕਿ ਵੀ ਤੁਸੀਂ ਆਪਣਾ ਫਾਇਰ ਸੇਫਟੀ ਅਰੇਂਜਮੈਂਟ ਆਪ ਕਰੋਗੇ, ਬਾਕੀ ਸਾਡੀਆਂ ਜਿਹੜੀਆਂ ਗੱਡੀਆਂ ਹੈਗੀਆਂ ਇਹ ਤਾਂ ਹਰ ਸਮੇਂ ਤਿਆਰ ਹੈਗੀਆਂ ਹੀ ਹੈ। ਟੋਟਲ ਕਿੰਨੀਆਂ ਗੱਡੀਆਂ? ਸਾਡੇ ਕੋਲ ਟੋਟਲ 17 ਗੱਡੀਆਂ। ਨਹੀਂ, ਕਮੀ ਤਾਂ ਦੇਖੋ ਪੂਰੀ ਨਹੀਂ ਹੋ ਸਕਦੀ। ਐਵੇਂ ਗਲਤ ਗੱਲ ਹੋਊਗੀ ਕਿ ਆਪਾਂ ਕਹਿ ਦਈਏ ਕਿ ਕਮੀ ਪੂਰੀ ਹੋਊਗੀ। ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ, ਗੱਡੀਆਂ ਵੀ ਬਹੁਤ ਚਾਹੀਦੀਆਂ, ਸਟਾਫ ਵੀ ਬਹੁਤ ਚਾਹੀਦਾ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਸਾਡੀ ਪੂਰੀ ਹੁੰਦੀ ਹੈ ਕਿ ਅਸੀਂ ਪੂਰੀ ਕਰ ਸਕੀਏ। ਉੱਧਰ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਫਾਇਰ ਸੇਫਟੀ ਨੂੰ ਲੈ ਕੇ ਵਿਸਰਾ ਕਮੇਟੀਆਂ ਨੂੰ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸਮੇ ਫਾਇਰ ਕੇ ਅਰੇਂਜਮੈਂਟ, ਫਾਇਰ ਫਾਈਟਿੰਗ ਇਕਵਿਪਮੈਂਟਸ ਵਾਂ ਦਸ਼ਹਿਰੇ ਗਰਾਊਂਡ ਕੇ ਆਸ ਪਾਸ ਪ੍ਰੋਪਰ ਹੋਣੇ ਚਾਹੀਏ, ਪਾਣੀ ਕਾ ਅਰੇਂਜਮੈਂਟ ਹੋਣਾ ਚਾਹੀਏ, ਫਾਇਰ ਐਕਸਟਿੰਗੁਇਸ਼ਰਸ ਹੋਣੇ ਚਾਹੀਏ, ਔਰ ਜੋ ਜਨਰੇਟਰ ਕਾ ਅਰੇਂਜਮੈਂਟ ਹੋਣਾ ਚਾਹੀਏ, ਤਾਂ ਕਿ ਕੋਈ ਵੀ ਕਿਸੇ ਵੀ ਤਰੀਕੇ ਕਾ ਹਾਦਸਾ ਨਾ ਹੋ ਸਕੇ। ਸਰ, ਜੈਸੇ ਕਿ 40-50 ਜਗ੍ਹਾ ਦੁਸਹਿਰਾ ਲੱਗਦਾ ਲੁਧਿਆਣਾ ਮੇਂ, ਔਰ ਫਾਇਰ ਕੇ ਸਿਰਫ 17 ਗਾੜੀਆਂ ਆਈ ਹਮਾਰੇ ਪਾਸ, ਤੋ ਉਸਕੇ ਲੀ ਟ੍ਰੈਫਿਕ ਕੇ ਲੀ ਕੈਸੇ, ਕਿਉਂਕਿ ਰਸ਼ ਹੋਗਾ। ਇਸਮੇ ਹਮ ਲੋਗੋ ਨੇ ਜੋ ਜਹਾਂ ਪੇ ਦਸ਼ਹਿਰੇ ਕਾ ਜੋ ਕਾਰਜਕ੍ਰਮ ਮਨਾਇਆ ਜਾ ਰਹਾ ਹੈ, ਉਨਕੋ 3 ਕੈਟੇਗਰੀ ਮੇਂ ਡਿਵਾਈਡ ਕੀਆ ਹੈ, ਏ ਕੈਟੇਗਰੀ, ਬੀ ਕੈਟੇਗਰੀ ਔਰ ਸੀ ਕੈਟੇਗਰੀ। ਏ ਕੈਟੇਗਰੀ ਕੇ ਹੈ ਜਹਾਂ ਪਰ ਕਿ ਲੋਗੋ ਕਾ ਜੋ ਭੀੜ ਹੈ ਵੋ ਜ਼ਿਆਦਾ ਹੋਤੀ ਹੈ, ਜੋ ਕਿ ਡੈਂਸਲੀ ਪਾਪੂਲੇਟਡ ਏਰੀਏ ਮੇਂ ਹੈ, ਇਸ ਤਰੀਕੇ ਕੇ ਵਹਾਂ ਪਰ ਹਮ ਲੋਗ ਫਾਇਰ ਬ੍ਰਿਗੇਡ ਕੀ ਗਾੜੀਆਂ ਵਹੀਂ ਪਰ ਖੜੀ ਰੱਖੇਂਗੇ ਮੌਕੇ ਪਰ। ਬੀ ਕੈਟੇਗਰੀ ਔਰ ਸੀ ਕੈਟੇਗਰੀ ਮੇਂ ਜਹਾਂ ਪਰ ਕਿ ਲੋਕ ਕਮ ਆਤੇ ਹੈ, ਕਈ ਜਗ੍ਹਾ 100 ਲੋਕ ਹੈ, ਕਈ 200 ਲੋਕ ਹੈ, ਵਹਾਂ ਪਰ ਪੋਰਟੇਬਲ ਜੋ ਫਾਇਰ ਐਕਸਟਿੰਗੁਇਸ਼ਰਸ ਹੈ ਵੋ ਰੱਖੇ ਹੋਣੇ ਚਾਹੀਏ, ਸਾਥ ਮੇਂ ਅਗਰ ਕੋਈ ਜ਼ਰੂਰਤ ਪੜੇ ਤੋ ਫਾਇਰ ਬ੍ਰਿਗੇਡ ਕੀ ਗਾੜੀ ਵੀ ਵਹਾਂ ਮੌਕੇ ਪਰ ਪਹੁੰਚ ਸਕੇ।